ਹੇ ਗਾਇਸ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਨੇ ਸਭ ਦੇ? ਅਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ, ਅਤੇ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ। ਅਤੇ ਅੱਜ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਣ ਗਏ ਹਾਂ, ਮੈਂ ਅਤੇ ਸੰਦੀਪ ਗਈਆਂ ਹਾਂ, ਅਤੇ 2:30 ਵਜੇ ਆ ਗਈਆਂ, ਹੁਣ 4 ਵੱਜ ਗਿਆ। ਮੈਂ ਘਰੇ, ਸਿਮਰ ਵੀ ਆ ਗਏ ਸੀ ਨਾ ਘਰੇ, ਅਤੇ ਫਿਰ ਮੰਮੀ ਹੋਣਾਂ ਨਾਲ ਵੀ ਗੱਲ ਕਰਨ ਡਿਆ ਵੀ ਘਰੋਂ ਡੈਡੀ ਦਾ ਫੋਨ ਆਇਆ ਸੀ, ਅਤੇ ਉਹਨਾਂ ਨਾਲ ਗੱਲ ਕਰਨ ਡਿਆ ਵੀ 4 ਵੱਜ ਗਿਆ, ਹੁਣ ਸੂਟ ਸਟਿਚ ਕਰਨ ਲੱਗੀ ਆ, ਮਸ਼ੀਨ ਰੱਖਣ ਲੱਗੀ ਹਾਂ, ਥੱਲੇ ਚਟਾਈ ਵਿਛਾ ਲਈ ਆ, ਅਤੇ ਮੈਂ ਸੂਟ ਸ਼ੁਰੂ ਕਰਦੀ ਹਾਂ। ਦੇਖਦੀ ਹਾਂ ਸਲਵਾਰ ਸੀਵ ਜਾਂਦੀ ਆ, ਅੱਜ ਕੱਟਿਆ ਤਾਂ ਕੱਲ੍ਹ ਦਾ ਹੀ ਸੀ, ਅਤੇ ਮੈਂ ਸੋਚਿਆ ਸੀ ਨਾ ਅੱਜ ਸੀ ਲਾਂਗੀ, ਅਤੇ ਹੁਣ ਸੀਣ ਲੱਗੀ ਹਾਂ, ਅਤੇ ਸਲਵਾਰ ਸਟਿਚ ਕਰਦੀ ਹਾਂ, ਦੇਖਦੀ ਹਾਂ ਕਿੰਨਾ ਕੁ ਸੀਵਦਾ ਵਾ, ਫਿਰ ਨਹੀਂ ਤਾਂ ਕੱਲ੍ਹ ਸੀਵਾਂਗੀ ਮੈਂ। ਚੱਲ 1-2 ਘੰਟਾ ਹੈਗਾ ਵਾ, ਅਤੇ ਕੀ ਕਰਨਾ, ਵਿਹਲੀ ਨੇ ਕਰ ਲੈਂਦੀ ਹੁਣ ਕੰਮ। ਆਵਾਜ਼ ਆਉਣ ਦੀ ਮੈਂ ਤੁਹਾਨੂੰ ਦੱਸਿਆ ਸੀ ਨਾ ਘਰ ਬਣਨ ਡਿਆ, ਅਤੇ ਉਹ ਨਾ ਲੈਂਟਰ ਪੈਣ ਡਿਆ, ਤਾਂ ਕਰਕੇ ਆਵਾਜ਼ ਬੜੀ ਹੁੰਦੀ ਉਹਦੇ ਨਾਲ। ਸਲਵਾਰ ਆ, ਅਤੇ ਆਹ ਕਮੀਜ਼ ਆ, ਅਤੇ ਆਹ ਨਾਲ ਸੂਟ ਦੇ ਨਾ ਇੱਦਾਂ ਹੀ, ਅਤੇ ਇਹ ਮੈਂ ਬਾਹਾਂ 'ਤੇ ਅਤੇ ਘੇਰੇ 'ਤੇ ਡਿਜ਼ਾਈਨ ਬਣਾ ਦਾਂਗੀ, ਹੈ ਨਾ। ਅਤੇ ਪਹਿਲਾਂ ਸਲਵਾਰ ਦੀ ਸ਼ੁਰੂਆਤ ਕਰੀਏ, ਕਮੀਜ਼ ਕੱਲ੍ਹ ਸੀਵਾਂਗੀ, ਅਤੇ ਦੇਖਦੇ ਹਾਂ ਅੱਜ ਸੀਵਦੀ ਜਾਂ ਨਹੀਂ, 4 ਵਜੇ ਸਟਾਰਟ ਕਰਾਂ। ਇੱਦਾਂ ਨਹੀਂ, ਪਤਾ ਨਹੀਂ ਲੱਗਦਾ ਕਿ ਇਹ ਕਿੱਦਾਂ ਦਾ, ਹੈ ਨਾ, ਕਿਹੜਾ ਸਿੱਧਾ ਅਤੇ ਕਿਹੜਾ ਪੁੱਠਾ। ਅਤੇ ਇੱਦਾਂ ਮੈਂ ਕਾਂਟੇ ਮਾਰ ਲੈਂਦੀ ਹਾਂ ਇੱਦਾਂ, ਅਤੇ ਜਿਵੇਂ ਆਹ ਵੀ ਪੁੱਠਾ ਪਾਸਾ ਹੈ, ਇੱਦਾਂ ਇੱਦਾਂ ਪਤਾ ਲੱਗ ਜਾਂਦਾ। ਸ਼ੁਰੂਆਤ ਕੀ 4 ਵਜੇ, ਖੜੀ ਕਰਨ ਦੀ ਪਹਿਲਾਂ ਮੈਂ ਚੋਣਾਂ ਮੈਂ ਪਾ ਲਈਆਂ ਵਾਂ, ਅਤੇ ਪਹੁੰਚੇ ਰਹਿ ਗਏ ਆ, ਅਤੇ ਬਸ ਆ ਨੀਫਾ ਰਹਿ ਗਿਆ, ਇਹ ਮੈਂ ਬਾਅਦ 'ਚ ਕਰੂੰਗੀ। ਬੈਲਟ ਅਜੇ ਕੱਟਣੀ ਹੈ, ਤਾਂ ਭੰਨਿਆ ਜਾਣਾ ਨਾ ਨੀਫਾ। 6 ਦਾ ਟਾਈਮ ਹੋ ਗਿਆ, ਅਤੇ ਜੇ ਸੰਦੀਪ ਅਤੇ ਰਾਜਾ ਨਾ ਫੋਨ ਕਰਦੇ ਤਾਂ ਫਿਰ ਮੈਂ ਸਲਵਾਰ ਹੁਣ ਤੱਕ ਸੀ ਲੈਣੀ, ਅਤੇ ਹੁਣ ਥੋੜ੍ਹੀ ਰਹਿ ਗਈ, ਉੱਦਾਂ ਪਹੁੰਚੇ ਬਣਨ ਵਾਲੇ ਆ, ਔਰ ਚੋਣਾਂ ਮੈਂ ਪਾ ਲਈਆਂ, ਹੁਣ ਮੈਂ ਕੱਟਣ ਲੱਗੀ ਸਬਜ਼ੀ। ਮੈਂ ਚੱਲ ਰਾਤ ਦੀ ਤਿਆਰੀ ਕਰ ਲਾਂ, ਕੱਲ੍ਹ ਸਹੀ ਐਡੀ ਛੇਤੀ ਨਹੀਂ ਹੈਗੀ, ਆਰਾਮ ਨਾਲ ਸੀਵਾਂਗੀ। ਔਰ ਹੁਣ ਮੈਂ ਬਣਾਉਣ ਲੱਗੀ ਗੋਭੀ ਦੀ ਸਬਜ਼ੀ, ਅਤੇ ਸਬਜ਼ੀਆਂ ਇੱਥੇ ਬੜੀਆਂ ਮਹਿੰਗੀਆਂ ਹੋ ਗਈਆਂ ਵਾ, ਲੁਧਿਆਣੇ ਬਹੁਤ ਜ਼ਿਆਦਾ ਮਹਿੰਗੀਆਂ ਸਬਜ਼ੀਆਂ। ਸਾਡੇ ਨਾ ਜਿਹੜਾ ਘਰ ਲੱਗੇ, ਘਰ ਨਹੀਂ ਬਣਨ ਡਿਆ, ਉਹਦੇ ਕਰਕੇ ਨਾ ਘੱਟਾ ਇੰਨਾ ਜ਼ਿਆਦਾ ਚੜਿਆ ਨਾ, ਬੜਾ ਮਨ ਦੁਖੀ ਹੁੰਦਾ। ਮੈਂ ਰੋਜ਼ ਹੀ ਚੀਜ਼ਾਂ ਦੇ ਘੱਟਾ, ਹਰ ਪਾਸੇ ਘੱਟਾ ਘੱਟਾ ਨਾ ਮਹਿਸੂਸ ਹੁੰਦਾ ਵਾ, ਅਤੇ ਉਹਦੇ ਕਰਕੇ ਮੇਰਾ ਵਲੋਗ ਬਣਾਉਣ ਨੂੰ ਨਹੀਂ ਦਿਲ ਕਰਦਾ। ਹੁਣ ਮੈਂ ਸਫਾਈ ਕਰੂੰਗੀ ਕਿਸੇ ਦਿਨ, ਨਹੀਂ ਤਾਂ ਕੱਲ੍ਹ ਕਰ ਲਵਾਂਗੀ। ਨਾਲ ਟਮਾਟਰ ਔਰ ਪਿਆਜ਼, ਨਾਲ ਮਿਰਚ ਵੀ ਕਰਕੇ ਰੱਖ ਲਈ, ਮਿਰਚਾਂ ਜਿਹੜੀਆਂ ਫਰਿੱਜ ਰੱਖਣੀਆਂ, ਇਹਦੀਆਂ ਡੁੰਡਲੀਆਂ ਲੈਣੀਆਂ ਨੇ। ਮੇਰਾ ਤਾਂ ਇੱਦਾਂ ਦਾ ਸੁਭਾਅ ਹੈ ਕਿ ਜੇ ਘਰ ਸਾਫ਼ ਹੋਏ ਨਾ, ਫਿਰ ਹੀ ਮੇਰਾ ਦਿਲ ਕਰਦਾ ਕੰਮ ਕਰਨ ਨੂੰ, ਨਹੀਂ ਤਾਂ ਮੈਨੂੰ ਲੱਗਦਾ ਮੈਂ ਖੁਦ ਹੀ ਨਹੀਂ ਠੀਕ, ਇੱਦਾਂ ਮਹਿਸੂਸ ਹੁੰਦਾ ਰਹਿੰਦਾ। ਅਤੇ ਜੇ ਘਰ ਸਾਫ਼ ਆ, ਤਾਂ ਫਿਰ ਆਪਣੇ ਆਪ ਨੂੰ ਵੀ ਵਧੀਆ ਜਿਹਾ ਲੱਗਦਾ ਵਾ। ਅਤੇ ਕੱਲ੍ਹ ਕਰਾਂਗੀ, ਨਾ ਹੋਏਗਾ ਕਮਰੇ ਦੀ ਸਫਾਈ ਕਰ ਲੂੰਗੀ, ਬੈਡਰੂਮ ਦੀ ਅਤੇ ਕਿਚਨ, ਫਿਰ ਕਿਸੇ ਦਿਨ ਕਰ ਲੂੰਗੀ। ਔਰ ਜੇ ਮੈਂ ਕਰਦੀ ਰਹਿੰਦੀ ਹਾਂ ਰੋਜ਼ ਲਾਗੇ ਘੱਟ ਉਹਦੇ ਕਰਕੇ, ਜਾਂ ਤਾਂ ਫਿਰ ਜਿੱਦਣ ਸਫਾਈ ਕੀਤੀ ਹੋਏ ਨਾ ਗਰਮੀਆਂ 'ਚ, ਇਹ ਵੀ ਹੁੰਦਾ ਅਗਲੇ ਦਿਨ ਹਨੇਰੀ ਆ ਜਾਂਦੀ ਹੈ, ਉਹ ਸਾਰਾ ਘੱਟਾ ਫਿਰ ਆ ਜਾਂਦਾ। ਹਾਲੇ ਬੰਦ ਆ ਘਰ, ਤਾਂ ਵੀ ਘੱਟਾ ਪਤਾ ਨਹੀਂ ਕਿੱਧਰੋਂ ਆ ਜਾਂਦਾ, ਸਮਝ ਹੀ ਨਹੀਂ ਆਉਂਦੀ। ਇੱਕ ਗਰਮੀ ਵੀ ਬੜੀ ਆ ਸਾਡੇ ਇੱਥੇ 3rd ਫਲੋਰ 'ਤੇ। ਮੈਂ ਗੱਲ ਕਿਹਾ ਸੀ ਨਾ ਕਿ ਮੈਂ ਸਫਾਈ ਕਰਨੀ ਆ, ਅਤੇ ਸੋ ਮੈਂ ਅੱਜ ਕਰਨ ਲੱਗੀ, ਅੱਜ ਮੈਂ ਰੂਮ ਦੀ ਕਰਨ ਲੱਗੀ। ਇੰਨੇ ਕੱਪੜੇ ਧੋਣ ਵਾਲੇ ਆ, ਅਤੇ ਇੱਕ ਸੂਟ ਆਂਟੀ ਦਾ ਸੀਨ ਵਾਲਾ, ਕੱਲ੍ਹ ਸਲਵਾਰ ਸੀਤੀ, ਅੱਜ ਕਮੀਜ਼ ਸੀਨਾ, ਇਹ ਨਾਲੇ ਡਸਟਿੰਗ ਤਾਂ ਮੈਂ ਕਰ ਲਈ, ਹੁਣ ਚੁਟਕੀ ਮਾਰ ਕੇ ਬੈਡਸ਼ੀਟ ਹੋ ਦੇਖਿਆ ਮੇਰਾ ਮੈਜਿਕ, ਜੇ ਕਿਤੇ ਇੱਦਾਂ ਕੰਮ ਹੋ ਜਾਵੇ ਚੁਟਕੀ ਮਾਰ ਕੇ ਸਾਰੇ, ਤਾਂ ਕਿੰਨਾ ਵਧੀਆ ਲੱਗੇ।
ਦੁਪਹਿਰ ਦਾ ਟਾਈਮ ਹੋ ਗਿਆ 1 ਵਜੇ ਦਾ, ਅਤੇ ਮੈਂ ਸਵੇਰ ਦੀ ਅੱਜ ਕੰਮ ਲੱਗੀ ਸੀ, ਅੱਜ ਕੱਪੜੇ ਕੁੱਪੜੇ ਧੋਤੇ ਸੀ, ਫਿਰ ਜਦੋਂ ਵਿਹਲੀ ਹੋਈ ਇਹ ਆ ਗਏ, ਫਿਰ ਰੋਟੀ ਬਣਾਈ, ਅਤੇ ਹੁਣ ਮੈਂ ਕੱਪੜੇ ਵੇਖ ਕੇ ਆਵਾਂ, ਥੱਲੇ ਨਾ ਡਿੱਗੇ ਹੁਣ ਕੋਠੇ 'ਤੇ ਚੈੱਕ ਕਰਕੇ ਆਵਾਂ, ਨਾਲੇ ਸੂਟ ਸੀਣਾ ਜਿਹੜਾ ਰਹਿੰਦਾ ਵਾ, ਬਸ ਇਹੀ ਆ, ਡਿੱਗੇ ਨਹੀਂ ਅੱਜ, ਇਹਨਾਂ ਦਾ ਵੀ ਲੈਂਟਰ ਪੈ ਗਿਆ ਅੱਜ, ਕੱਲ੍ਹ ਦਾ ਪਿਆ ਨਾ ਹੀ ਲਵਾਂ ਜੀ ਬਸ। ਕੱਪੜੇ ਮੈਂ ਛੇਤੀ ਛੇਤੀ ਤਾਂ ਕਰਕੇ ਲਾਹੁਣ ਆ ਜਾਂਦੀ ਹਾਂ ਕੋਠੇ ਤੋਂ, ਪਹਿਲਾਂ ਤਾਂ ਮੈਂ ਸੁੱਕਣੇ ਵਾਲ ਨਹੀਂ, ਬਾਅਦ 'ਚ ਮੈਨੂੰ ਟੈਨਸ਼ਨ ਪਈ ਹੁੰਦੀ ਕਿਉਂਕਿ ਜਿਹੜੇ ਕੱਪੜੇ ਆ ਨਾ ਉਹ ਉੱਡ ਕੇ ਨਾ ਲੱਗ ਗਏ ਸਾਡੇ ਇੱਕ ਕਲੀਨਿੰਗ ਆ, ਹੁਣ ਕੋਠੇ 'ਤੇ ਚੱਲ ਜਾਂਦੇ ਆ ਛੱਤ 'ਤੇ, ਫਿਰ ਫੜ ਕੇ ਲਿਆਉਣੇ ਪੈਂਦੇ, ਡਿੱਗ ਪੈਂਦੇ ਆ, ਅਤੇ ਉਹ ਆ ਛੱਤ ਨੀਵੀਂ, ਅਤੇ ਇਹ ਤੀਜੀ ਚੌਥੀ ਮੰਜ਼ਿਲ ਹੀ ਲਾ ਲਓ, ਚੌਥੀ ਮੰਜ਼ਿਲ ਤੋਂ ਉੱਧਰ ਉੱਡ ਕੇ ਚੱਲ ਜਾਂਦੇ, ਹਵਾ ਵੀ ਬੜੀ ਤੇਜ਼ ਆਉਂਦੀ ਇੱਥੇ, ਅਤੇ ਲਿਆਉਂਗੀ ਉਹ ਚੁਟਕਣੀਆਂ ਜਿਹੀਆਂ ਜਿਹੜੀਆਂ ਲਾਈ ਦੀਆਂ ਨੇ ਕਲਿੱਪ ਜੇ, ਉਹ ਲਿਆਵਾਂਗੀ ਕੱਪੜਿਆਂ ਵਾਲੇ, ਅਤੇ ਨਾਲੇ ਧੁੱਪ ਨਾਲ ਕੱਪੜੇ ਵੀ ਖਰਾਬ ਹੋ ਜਾਂਦੇ ਆ, ਅਤੇ ਉਸੇ ਵੇਲੇ ਲਾ ਹੀ ਲੈਣੇ ਚਾਹੀਦੇ 1-2 ਘੰਟੇ 'ਚ, ਹੁਣ ਵੈਸੇ ਵੀ ਗਰਮੀ 'ਚ ਸੁੱਕ ਜਾਂਦੇ ਆ ਕੱਪੜੇ, ਸੇਕ ਹੀ ਇੰਨਾ ਹੁੰਦਾ ਵਾ, ਗਰਮੀ ਬਹੁਤ ਜ਼ਿਆਦਾ ਪੈਂਦੀ ਲੁਧਿਆਣੇ ਦੇ, ਬਹੁਤ ਜ਼ਿਆਦਾ। ਸਲਵਾਰ ਰੈਡੀ ਕਰ ਲਈ ਹੈ, ਅਤੇ ਆਹ ਦੇਖੋ ਮੈਂ ਸਲਵਾਰ ਰੈਡੀ ਹੈਗੀ ਆ, ਬਸ ਕਮੀਜ਼ ਦੀ ਆ ਨਾ, ਕਮੀਜ਼ ਵੀ ਸੀ ਲਿਆ ਵਾ, ਗਲੇ ਦੀ ਤਰਪਾਈ ਹੋ ਗਈ, ਘੇਰੇ ਦੀ ਰਹਿ ਗਈ ਬਸ, ਇੱਦਾਂ ਡਿਜ਼ਾਇਨ ਮੈਂ ਕਿਹਾ ਸੀ ਨਾ ਕਿ ਉਹ ਪੱਟੀ ਦਾ ਪਾਉਣਾ ਆ ਵਾਲੀ ਦਾ, ਇਹ ਮੈਂ ਇੱਦਾਂ ਬਾਜੂ ਦੇ ਪਾ ਤਾ, ਅਤੇ ਬਾਂਹ ਦਾ ਕੱਪੜਾ ਘੱਟ ਹੀ, ਇੱਦਾਂ ਪੂਰੀ ਬਾਂਹ ਬਣਨੀ ਨਹੀਂ ਸੀ, ਇਸ ਕਰਕੇ ਇੱਥੇ ਗਾਂਢਾ ਪਾ ਲਿਆ, ਅਤੇ ਇੱਥੇ ਇੱਕ ਪੱਟੀ ਲਾ ਤੀ, ਇੱਕ ਇੱਥੇ ਲਾ ਤੀ, ਅਤੇ ਬਾਂਹ ਇੰਨੀ ਹੋਰ ਵਧਾ ਤੀ, ਅਤੇ ਪੂਰੀ ਆ ਗਈ ਘੇਰੇ 'ਤੇ ਵਾਸਤੇ, ਆਹ ਪੱਟੀ ਬਚੀ ਨਹੀਂ ਕਿਉਂਕਿ ਦੋਵਾਂ ਪਾਸੇ ਲੱਗੀ ਆ ਇੱਦਾਂ, ਅਤੇ ਇੰਨੀ ਕੀ ਸੀ, ਅਤੇ ਬਸ ਤਰਪਾਈ ਰਹਿ ਗਈ ਆ, ਹੁਣ ਮੈਂ ਲੁੱਪੀਆਂ ਲਾ ਲਾਂ, ਅਤੇ ਲੁੱਪੀਆਂ ਲਾਉਣ ਲਈ ਮੈਂ ਇੰਨਾ ਕੁ ਕੱਪੜਾ ਲਿਆ ਹੈ, ਇਹ ਲਾਉਣੀਆਂ ਨੇ ਹੁਣ, ਇਹਨੂੰ ਕਮੀਜ਼ 'ਤੇ ਲਾਉਂਦੇ ਹਾਂ, ਇੱਥੇ ਲੱਗਣੀਆਂ ਅੰਦਰ, ਜਿਹੜੇ ਸਟਿਚਿੰਗ ਕਰਦੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ, ਇੱਦਾਂ ਫਿਰ ਇੱਥੋਂ ਛੋਟੀ ਕਰ ਲੂੰਗੀ ਵੱਡੀ ਆ, ਸੀਤਾ ਹੈ ਆਹ ਕਮੀਜ਼ ਆ, ਅਤੇ ਆਹ ਸਲਵਾਰ, ਔਰ ਇਹਦੀਆਂ ਬਾਜ਼ੂ ਮੈਂ ਇੱਦਾਂ ਬਣਾਈਆਂ ਨੇ, ਚਾਰ ਹੋ ਗਏ ਆ, ਅਤੇ ਹੁਣ ਮੈਂ ਸਬਜ਼ੀ ਦੀ ਤਿਆਰੀ ਕਰਾਂਗੀ ਰਾਤ ਦੀ, ਅਜੇ ਲੇਟ ਹੀ ਕਰਨੀ ਆ, ਜੇ ਕਦੇ ਰੈਸਟ ਕਰੂੰਗੀ ਤੋ ਬੜਾ। ਗਾਇਜ਼ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਅੱਜ ਮੈਂ ਬਣਾਉਣ ਲੱਗੀ ਹਾਂ ਭਿੰਡੀਆਂ, ਭਿੰਡੀ ਮਸਾਲਾ, ਅਲੱਗ ਤਰੀਕੇ ਨਾਲ ਭਿੰਡੀ ਦੀ ਸਬਜ਼ੀ ਦਾ ਕਰ ਲੈਣੀ ਆ, ਅਤੇ ਇਹਨੂੰ ਇੱਦਾਂ ਚੀਰਾ ਦੇ ਲੈਣਾ, ਆਹ ਤੇਲ ਰੱਖਿਆ ਇਹਦੇ ਵਿੱਚ ਡੀਪ ਫਰਾਈ ਕਰਨਾ ਭਿੰਡੀਆਂ ਨੂੰ, ਅਤੇ ਆਹ ਜਿਹੜਾ ਮਸਾਲਾ ਇਹਦੀ ਬਾਅਦ 'ਚ ਗ੍ਰੇਵੀ ਬਣਾ, ਡੀਪ ਫਰਾਈ ਕਰ ਲੈਣੀ ਆ ਸਭ ਤੋਂ ਪਹਿਲਾਂ, ਇਹਦੀ ਲੇਟ ਨਹੀਂ ਫਿਰ ਹੁੰਦੀ। ਉੱਦਾਂ ਮੇਰਾ ਭਿੰਡੀ ਦੀ ਸਬਜ਼ੀ ਖਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ, ਪਰ ਮੈਨੂੰ ਅਚਾਨਕ ਚੇਤਾ ਆ ਗਿਆ ਕਰਜਤ ਹੋਟਲ ਦਾ ਕਿ ਉੱਥੋਂ ਹੀ ਭਿੰਡੀ ਮਸਾਲਾ ਦੀ ਸਬਜ਼ੀ ਖਾਧੀ ਸੀ, ਫਿਰ ਮੈਂ ਸਿਮਰ ਨੂੰ ਕਿਹਾ ਮੈਂ ਆਹ ਵਾਲੀ ਸਬਜ਼ੀ ਬਣਾਵਾਂ, ਕਹਿੰਦੇ ਹਾਂ ਹਾਂ ਮੇਰਾ ਵੀ ਕੁਛ ਨਾ ਇੱਦਾਂ ਹੀ ਦਿਲ ਕਰਦਾ ਤੂੰ ਬਣਾ ਲਾ, ਅਤੇ ਨਾਲ ਨਾਲ ਮੈਨੂੰ ਡਰ ਵੀ ਲੱਗਣ ਡਿਆ ਕਿ ਭਿੰਡੀਆਂ ਲੇਸ ਨਾ ਛੱਡ ਜਾਣ, ਕਿਉਂਕਿ ਡੈਡੀ ਇੱਕ ਗੱਲ ਦੱਸ ਦਿੰਦੀ ਕਿ ਉਹਦੇ ਦੋਸਤ ਨੇ ਇੱਕ ਵਾਰੀ ਭਿੰਡੀਆਂ 'ਚ ਪਾਣੀ ਪਾ ਲਿਆ ਸੀ, ਜੇ ਅਸੀਂ ਭਿੰਡੀਆਂ ਨੂੰ ਫਰਾਈ ਕਰਕੇ ਪਾਈਏ ਤਾਂ ਫਿਰ ਭਿੰਡੀਆਂ ਲੇਸ ਨਹੀਂ ਛੱਡਦੀਆਂ, ਭਿੰਡੀਆਂ ਹੋ ਜਾਣੀਆਂ, ਅਤੇ ਫਿਰ ਉਸੇ ਤੇਲ ਦੇ ਵਿੱਚ ਪਾਈ ਦੇਣੀ ਅਤੇ ਕਰੀਏ,
ਮਸਾਲਾ ਹੋ ਗਿਆ, ਹੁਣ ਅਸੀਂ ਭਿੰਡੀਆਂ ਵਿੱਚ ਸੁੱਟ ਦਾਂਗੇ। ਭਿੰਡੀ ਮਸਾਲਾ ਰੈਡੀ ਆ, ਫੁਲਕੀ ਬਣਾ ਲਾ ਜਲਦੀ ਜਲਦੀ, ਰੋਟੀ ਖਾਣ ਡੈ ਪਈ। ਅੱਜ ਦਾ ਵਲੌਗ ਇੱਥੋਂ ਤੱਕ ਹੀ, ਮਿਲਦੇ ਹਾਂ ਨਵੇਂ ਵਲੌਗ ਦੇ ਨਾਲ, ਤਦ ਤੱਕ ਲਈ ਬਾਏ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।